ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਦੇਖਾਂਗੇ ਕਿ ਈ ਪੰਜਾਬ ਦੇ ਉੱਤੇ ਜਿਹੜਾ ਆਪਣਾ ਸਟਾਫ ਦੀ ਪ੍ਰਮੋਸ਼ਨ ਹੈ ਉਹਨੂੰ ਕਿਵੇਂ ਐਡ ਕੀਤਾ ਜਾਂਦਾ ਹੈ। ਨੋਰਮਲੀ ਕੀ ਆਪਾਂ ਕਰਦੇ ਹਾਂ ਕਿ ਆਪਣੀ ਪ੍ਰਮੋਸ਼ਨ ਐਡ ਕਰਦੇ ਵਕਤ ਅਸੀਂ ਆਪਣੀ ਫਸਟ ਜੁਆਇਨਿੰਗ ਨੂੰ ਹੀ ਚੇਂਜ ਕਰ ਦਿੰਦੇ ਹਾਂ, ਜਿਹਦੇ ਨਾਲ ਕੀ ਪ੍ਰੋਬਲਮ ਪੈਂਦੀ ਹੈ ਕਿ ਸਾਡੀ ਫਸਟ ਜੁਆਇਨਿੰਗ ਤਾਂ ਅਪਡੇਟ ਹੋ ਜਾਂਦੀ ਹੈ ਪਰ ਸਾਡੀ ਪ੍ਰਮੋਸ਼ਨ ਦੀ ਡਿਟੇਲ ਜਿਹੜੀ ਹੈ ਉਹ ਐਜ਼ ਏ ਫਸਟ ਜੁਆਇਨਿੰਗ ਸਾਡੀ ਹੋ ਜਾਂਦੀ ਹੈ। ਅਤੇ ਅੱਜ ਦੋਸਤੋ ਅਸੀਂ ਦੇਖਾਂਗੇ ਕਿ ਆਪਣੀ ਫਸਟ ਜੁਆਇਨਿੰਗ ਨੂੰ ਈ ਪੰਜਾਬ ਦੇ ਉੱਤੇ ਕਿਵੇਂ ਅਪਡੇਟ ਕਰਨਾ। ਆਓ ਦੋਸਤੋ ਸ਼ੁਰੂ ਕਰਦੇ ਹਾਂ। ਇੱਥੇ ਅਸੀਂ ਆਪਣੇ ਇੱਕ ਸਕੂਲ ਦਾ ਲੌਗਇਨ ਕਰ ਲਿਆ ਹੋਇਆ ਹੈ, ਜਿਵੇਂ ਅਸੀਂ ਆਪਣੇ ਪ੍ਰਾਇਮਰੀ ਸਕੂਲ ਦਾ ਲੌਗਇਨ ਕਰ ਲਿਆ ਹੋਇਆ ਹੈ। ਇਹਦੇ ਵਿੱਚ ਕਰਨਾ ਕੀ ਹੈ, ਅਸੀਂ ਆਪਣੇ ਸਟਾਫ ਦੇ ਲੌਗਇਨ ਦੇ ਉੱਤੇ ਜਾਣਾ ਹੈਗਾ ਹੈ। ਸਟਾਫ ਦੇ ਲੌਗਇਨ 'ਤੇ ਜਾ ਕੇ ਅਸੀਂ ਅਪਡੇਟ ਸਟਾਫ ਦੇ ਉੱਤੇ ਕਲਿੱਕ ਕਰਨਾ ਹੈ। ਅਪਡੇਟ ਸਟਾਫ ਦੇ ਉੱਤੇ ਜਿੱਦਾਂ ਹੀ ਅਸੀਂ ਕਲਿੱਕ ਕਰਾਂਗੇ ਸਾਡੇ ਕੋਲ ਸਟਾਫ ਦੀ ਜਿਹੜੀ ਲਿਸਟ ਹੈ ਉਹ ਨੀਚੇ ਜਨਰੇਟ ਹੋਈ ਮਿਲ ਜਾਏਗੀ ਨਵੀਂ ਵਿੰਡੋ ਦੇ ਵਿੱਚ। ਹੁਣ ਇਹਦੇ ਵਿੱਚ ਲਾਸਟ ਵਿੱਚ ਤਿੰਨ ਜਿਹੜੇ ਕੋਲਮ ਬਣੇ ਹੋਏ ਨੇ ਉਹਨਾਂ ਦੇ ਉੱਤੇ ਜਾਣਾ ਹੈ ਆਪਾਂ। ਹੁਣ ਅਸੀਂ ਕੀ ਕਰਨਾ ਹੈ, ਜਿਹੜਾ ਸੈਕਿੰਡ ਕੋਲਮ ਬਣਿਆ ਹੋਇਆ ਇੱਥੇ ਐਫ ਜੇ ਦਾ, ਉਹਦੇ ਪੈਨਸਿਲ ਦੇ ਆਈਕਨ ਦੇ ਉੱਤੇ ਆਪਾਂ ਕਲਿੱਕ ਕਰਨਾ ਹੈ। ਹੁਣ ਇੱਥੇ ਇੱਕ ਛੋਟੀ ਜਿਹੀ ਗੱਲ ਦਾ ਜਿਹੜਾ ਧਿਆਨ ਦੇਣਾ ਹੈ ਉਹ ਇਹ ਹੈਗਾ ਹੈ ਕਿ ਜਿਹੜਾ ਸਾਡਾ ਡਾਟਾ ਹੈ ਉਹ ਅਨਲੌਕ ਹੋਇਆ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ। ਅਤੇ ਡਾਟਾ ਅਨਲੌਕ ਕਰਾਉਣ ਲਈ ਅਸੀਂ ਕੀ ਕਰਨਾ ਹੈ, ਆਪਣੇ ਬਲੋਕ ਦੇ ਕੋਆਰਡੀਨੇਟਰ ਜਾਂ ਡਿਸਟ੍ਰਿਕਟ ਕੋਆਰਡੀਨੇਟਰ ਨਾਲ ਸੰਪਰਕ ਕਰ ਲੈਣਾ ਹੈ ਅਤੇ ਆਪਣਾ ਡਾਟਾ ਅਨਲੌਕ ਕਰਵਾ ਲੈਣਾ। ਹੁਣ ਤੁਸੀਂ ਦੇਖੋਗੇ ਜਿੱਦਾਂ ਹੀ ਅਸੀਂ ਪੈਨਸਿਲ ਦੇ ਆਈਕਨ 'ਤੇ ਕਲਿੱਕ ਕੀਤਾ ਸਾਡੇ ਕੋਲ ਇੱਕ ਵਿੰਡੋ ਓਪਨ ਹੋ ਗਈ। ਇਹਦੇ ਵਿੱਚ ਸਾਡੇ ਕੋਲ ਸਾਡੀ ਜਿਹੜੀ ਫਸਟ ਜੁਆਇਨਿੰਗ ਦੀ ਡਿਟੇਲ ਹੈ ਉਹ ਆ ਗਈ ਹੋਈ ਹੈ। ਹੁਣ ਫਸਟ ਜੁਆਇਨਿੰਗ 'ਚ ਕੀ ਆਉਂਦਾ ਹੈ ਸਾਡੀ, ਜਿੱਦਾਂ ਕਿ ਸਰਵਿਸ ਟਾਈਪ ਕੀ ਹੈ, ਕਦੋਂ ਰਿਕਰੂਟਮੈਂਟ ਹੋਈ ਹੈ, ਇਸ਼ਤਿਹਾਰ ਕਦੋਂ ਸੀਗਾ ਨਿਕਲਿਆ, ਸਿਲੈਕਸ਼ਨ ਨਾ ਹੋਈ, ਪ੍ਰਾਇਓਰਟੀ 'ਤੇ ਹੋਈ, ਸਾਡੀ ਜਿਹੜੀ ਟਾਈਪ ਹੈ ਟੀਚਿੰਗ ਹੈ ਨੋਨ ਟੀਚਿੰਗ ਹੈ, ਅਤੇ ਸਬਜੈਕਟ ਕਿਹੜਾ ਹੈ ਸਾਡਾ, ਕਿਹੜੀ ਕਲਾਸ ਨੂੰ ਅਸੀਂ ਟੀਚ ਕਰਦੇ ਹਾਂ, ਡੈਜ਼ੀਗਨੇਸ਼ਨ ਕੀ ਹੈ ਸਾਡੀ, ਇਹ ਸਾਰੀਆਂ ਚੀਜ਼ਾਂ ਇੱਥੇ ਆਉਂਦੀਆਂ ਹੈਗੀਆਂ ਨੇ ਜੀ। ਅਤੇ ਇਹਦੇ ਵਿੱਚੋਂ ਅਸੀਂ ਕੀ ਕਰਨਾ ਹੈਗਾ, ਅਸੀਂ ਇਹਦੇ ਵਿੱਚੋਂ ਇੰਟਰਸਟਿਡ ਹੈਗੇ ਹਾਂ, ਜਿਹੜਾ ਇੱਥੇ ਇੱਕ ਦਿੱਤਾ ਹੋਇਆ ਪੁਆਇੰਟ ਕਿ ਇਜ਼ ਦਿਸ ਯੂਅਰ ਕਰੰਟ ਡੈਜ਼ੀਗਨੇਸ਼ਨ। ਇਹਦਾ ਮਤਲਬ ਇਹ ਹੈ ਕਿ ਅਗਰ ਆਪਾਂ ਇੱਥੇ ਯੈਸ ਕਰ ਦਿੱਤਾ ਤਾਂ ਸਾਡੀ ਜਿਹੜੀ ਕਰੰਟ ਡੈਜ਼ੀਗਨੇਸ਼ਨ ਹੈ ਜੋ ਅਸੀਂ ਉੱਤੇ ਭਰ ਰਹੇ ਹਾਂ ਉਹੀ ਹੋਏਗੀ। ਅਗਰ ਆਪਾਂ ਇੱਥੇ ਨੋ ਚੂਜ਼ ਕਰਦੇ ਹਾਂ ਦੈਨ ਆਪਾਂ ਆਪਣੀ ਪ੍ਰਮੋਸ਼ਨ ਜਿਹੜੀ ਹੈ ਫਰਦਰ ਅੱਗੇ ਐਡ ਕਰ ਸਕਦੇ ਹਾਂ। ਅਤੇ ਆਪਾਂ ਕੀ ਕਰਦੇ ਹਾਂ ਇੱਥੇ ਗਲਤੀ, ਆਪਾਂ ਆਪਣੀ ਇੱਥੇ ਯੈਸ ਕਰ ਦਿੰਦੇ ਹਾਂ ਅਤੇ ਉੱਤੇ ਅਸੀਂ ਆਪਣੀ ਜਿਹੜੀ ਡੈਜ਼ੀਗਨੇਸ਼ਨ ਹੈ ਉਹ ਅਪਡੇਟ ਕਰ ਦਿੰਦੇ। ਇੱਥੇ ਅਸੀਂ ਨੋ ਦੇ ਉੱਤੇ ਕਲਿੱਕ ਕਰਨਾ ਹੈ, ਨੋ ਦੇ ਉੱਤੇ ਕਲਿੱਕ ਕਰਕੇ ਅਸੀਂ ਇਹਦੇ ਜਿਹੜੇ ਹੈਗੇ ਆ ਸੇਵ ਕਰ ਲੈਣਾ ਹੈਗਾ ਜਾਂ ਅਪਡੇਟ ਦਾ ਬਟਨ ਜਿਹੜਾ ਕਲਿੱਕ ਕਰ ਦੇਣਾ। ਜਿੱਦਾਂ ਹੀ ਅਸੀਂ ਅਪਡੇਟ ਦਾ ਬਟਨ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਪੀ ਆਰ ਕੋਲਮ ਦੇ ਥੱਲੇ ਜਿਹੜਾ ਜ਼ੀਰੋ ਨਾਂ ਦਾ ਇੱਕ ਬਣਿਆ ਹੋਇਆ ਹੈ ਆ ਜਾਏਗਾ। ਇਹ ਜ਼ੀਰੋ ਦਾ ਮਤਲਬ ਹੈ ਕਿ ਅਸੀਂ ਆਪਣੀ ਜ਼ੀਰੋ ਪ੍ਰਮੋਸ਼ਨ ਜਿਹੜੀਆਂ ਨੇ ਉਹ ਐਡ ਕੀਤੀਆਂ ਨੇ। ਅਸੀਂ ਜ਼ੀਰੋ ਦੇ ਉੱਤੇ ਕਲਿੱਕ ਕਰਨਾ ਹੈ, ਕਲਿੱਕ ਕਰਦੇ ਹੀ ਸਾਡੇ ਕੋਲ ਪ੍ਰਮੋਸ਼ਨ ਦਾ ਪਰਫੋਰਮਾ ਜਿਹੜਾ ਓਪਨ ਹੋ ਜਾਏਗਾ। ਇਹਦੇ ਵਿੱਚ ਵੱਖ ਵੱਖ ਜਿਹੜੇ ਪ੍ਰਮੋਸ਼ਨ ਦੇ ਰਿਲੇਟਡ ਕੋਲਮਸ ਹੈ ਉਹ ਆਉਣਗੇ, ਜਿਵੇਂ ਟਾਈਪ ਆਫ ਪ੍ਰਮੋਸ਼ਨ ਕੀ ਹੈ, ਜਿਹੜੀ ਪ੍ਰਮੋਸ਼ਨ ਦੀ ਰਿਕਰੂਟਮੈਂਟ ਟਾਈਪ ਹੈ ਉਹ ਕੀ ਹੈ, ਡੇਟ ਆਫ ਪ੍ਰਮੋਸ਼ਨ ਕੀ ਹੈਗੀ ਹੈ, ਜਿਵੇਂ ਆਪਾਂ ਇੱਥੇ ਆਪਾਂ 19 ਤਰੀਕ ਹੀ ਭਰ ਲੈਂਦੇ ਹਾਂ, ਔਰ ਡੇਟ ਆਫ ਜੁਆਇਨਿੰਗ ਕੀ ਹੈਗੀ ਹੈ, ਸਟਾਫ ਦੀ ਜਿਹੜੀ ਟਾਈਪ ਹੈ ਟੀਚਿੰਗ ਹੈ ਜਾਂ ਨੋਨ ਟੀਚਿੰਗ ਹੈ, ਜਿਹਦੇ 'ਚ ਪ੍ਰਮੋਸ਼ਨ ਹੋਈ ਹੈਗੀ ਹੈ ਉਹ ਭਰਨੀ ਹੈਗੀ ਹੈ। ਉਸ ਤੋਂ ਬਾਅਦ ਜਿਹੜੀ ਡੈਜ਼ੀਗਨੇਸ਼ਨ ਹੈ ਉਹ ਆਪਾਂ ਚੂਜ਼ ਕਰ ਲੈਣੀ ਹੈ ਡਰੋਪ ਡਾਊਨ ਮੈਨਿਊ 'ਚੋਂ। ਉਸ ਤੋਂ ਬਾਅਦ ਜਿਹੜੀ ਹੈ ਸੀਨੀਓਰਟੀ ਨੰਬਰ ਹੈ, ਸਬਜੈਕਟ ਹੈ ਜਿਹੜਾ ਪ੍ਰਮੋਸ਼ਨ ਦਾ ਉਹ ਆ ਜਾਂਦਾ ਹੈਗਾ ਹੈ, ਜਿਹੜਾ ਵੀ ਇੱਥੇ ਸਬਜੈਕਟ ਹੈ ਉਹ ਆਪਾਂ ਸਿਲੈਕਟ ਕਰ ਲਾਂਗੇ। ਫਿਲਹਾਲ ਤੁਸੀਂ ਦੇਖ ਦੋਗੇ ਇੱਥੇ ਜਿਹੜੀਆਂ ਪ੍ਰਾਇਮਰੀ ਦੀਆਂ ਜਿਹੜੀਆਂ ਆਪਸ਼ਨਸ ਨੇ ਉਹੀ ਇਨੇਬਲ ਨੇ, ਉਹ ਇਸ ਲਈ ਹੈ ਕਿਉਂਕਿ ਸਾਡਾ ਜਿਹੜਾ ਅਸੀਂ ਓਪਨ ਕੀਤਾ ਹੋਇਆ ਇਹ ਪ੍ਰਾਇਮਰੀ ਦਾ ਹੀ ਹੈ। ਹੁਣ ਇੱਥੇ ਨੈਕਸਟ ਕੁਸ਼ਚਨ ਜਿਹੜਾ ਇਜ਼ ਇਟ ਯੂਅਰ ਕਰੰਟ ਪ੍ਰੈਜੈਂਟ ਡੈਜ਼ੀਗਨੇਸ਼ਨ, ਇੱਥੇ ਜਿਹੜਾ ਹੈ ਕੁਸ਼ਚਨ ਦੇ ਵਿੱਚ ਆਪਾਂ ਯੈਸ ਜਾਂ ਨੋ ਚੂਜ਼ ਕਰਾਂਗੇ। ਯੈਸ ਜਾਂ ਨੋ ਦਾ ਮਤਲਬ ਇਹ ਹੈਗਾ ਕਿ ਅਗਰ ਆਪਣੀ ਜਿਹੜੀ ਪ੍ਰਮੋਸ਼ਨ ਦੋ ਵਾਰ ਹੋਈ ਹੈ ਤਾਂ ਆਪਾਂ ਇੱਥੇ ਨੋ ਚੂਜ਼ ਕਰਨਾ ਹੈ, ਅਤੇ ਅਗਰ ਆਪਣੀ ਜਿਹੜੀ ਪ੍ਰਮੋਸ਼ਨ ਹੋਈ ਹੈ ਜਿਹੜੀ ਆਪਾਂ ਫਾਈਨਲ ਆਪਣੀ ਪ੍ਰਮੋਸ਼ਨ ਐਡ ਕਰ ਚੁੱਕਿਆ ਤਾਂ ਆਪਾਂ ਇੱਥੇ ਯੈਸ ਕਰਕੇ ਆਪਣੀ ਕਰੰਟ ਡੈਜ਼ੀਗਨੇਸ਼ਨ ਜਿਹੜੀ ਹੈ ਉਹਨੂੰ ਹਾਂ ਕਰ ਦੇਵਾਂਗੇ। ਅਤੇ ਉਸ ਤੋਂ ਬਾਅਦ ਜਿਹੜੇ ਨੀਚੇ ਦਿੱਤੇ ਗਈਆਂ ਆਪਸ਼ਨਾਂ ਨੇ, ਸਬਜੈਕਟ ਟੋਟ ਹੈ ਉਹ ਹੈ, ਉਹ ਜਿੱਦਾਂ ਹੀ ਆਪਾਂ ਨੋ ਕਰਾਂਗੇ ਹਾਈਡ ਹੋ ਜਾਏਗਾ। ਯੈਸ ਕਰਨ ਦੇ ਨਾਲ ਕਰੰਟ ਡੈਜ਼ੀਗਨੇਸ਼ਨ ਦੇ ਨਾਲ ਰਿਲੇਟਡ ਜਿਹੜੇ ਸਬਜੈਕਟ ਟੋਟ ਹੈ ਜਾਂ ਕਲਾਸ ਟੋਟ ਹੈ ਅਨੇਬਲ ਹੋ ਜਾਣਗੇ, ਉਹ ਆਪਾਂ ਇੱਥੋਂ ਦੀ ਸਿਲੈਕਟ ਕਰਕੇ ਜਿਹੜਾ ਡੇਟ ਹੈ ਆਪਣੀ ਜੁਆਇਨਿੰਗ ਦੀ ਕਰੰਟ ਸਕੂਲ ਦੇ ਵਿੱਚ ਉਹ ਭਰ ਕੇ ਸਬਮਿਟ ਕਰ ਦੇਣਾ ਹੈ। ਜਿੱਦਾਂ ਹੀ ਅਸੀਂ ਇਹ ਸਬਮਿਟ ਕਰਾਂਗੇ ਸਾਡੇ ਕੋਲ ਜਿਹੜੀ ਆਪਣੀ ਪਹਿਲੀ ਪ੍ਰਮੋਸ਼ਨ ਹੈ ਉਹ ਐਡ ਹੋ ਜਾਏਗੀ। ਇਹਦੇ ਬਾਅਦ ਕੀ ਆ, ਅਸੀਂ ਅਗਰ ਆਪਾਂ ਜਿੱਦਾਂ ਇਹ ਕੁਸ਼ਚਨ ਹੈ ਕਰੰਟ ਡੈਜ਼ੀਗਨੇਸ਼ਨ ਹੈ, ਇਹਦੇ ਨਾਲ ਆਪਾਂ ਨੇ ਆਪਣੀ ਸੈਕਿੰਡ ਡੈਜ਼ੀਗਨੇਸ਼ਨ ਜਿਹੜੀ ਹੈ ਪ੍ਰਮੋਸ਼ਨ ਹੈ ਜਿਹੜੀ ਉਹ ਐਡ ਕਰਨਾ ਚਾਹੀਏ ਕਰ ਸਕਦੇ ਹਾਂ, ਜਾਂ ਅਗਰ ਇਹ ਸਾਡੀ ਕੰਪਲੀਟ ਹੈ ਪਹਿਲੀ ਹੀ ਪ੍ਰਮੋਸ਼ਨ ਹੈ ਇਸ ਤੋਂ ਬਾਅਦ ਨਹੀਂ ਹੈ ਤਾਂ ਦੈਨ ਆਪਾਂ ਯੈਸ ਕਰਕੇ ਜਿਹੜਾ ਆਪਣਾ ਇਹ ਸਬਮਿਟ ਕਰ ਦੇਵਾਂਗੇ। ਸੋ ਇਹ ਸਿੰਪਲ ਜਿਹਾ ਇੱਕ ਪ੍ਰਮੋਸ਼ਨ ਦਾ ਸਟੈਪ ਹੈ ਜਿਹੜਾ ਇਹ ਫੋਲੋ ਕਰਨਾ ਪਏਗਾ। ਅਤੇ ਆ ਦੇਖਦੇ ਹਾਂ ਆਪਾਂ ਸਬਮਿਟ ਕਰਕੇ ਇਸ ਚੀਜ਼ ਨੂੰ, ਜਿੱਦਾਂ ਹੀ ਅਸੀਂ ਸਬਮਿਟ ਕੀਤਾ ਜਿੱਦਾਂ ਅਸੀਂ ਦੱਸਿਆ ਤੁਹਾਨੂੰ ਜ਼ੀਰੋ ਜਿਹੜਾ ਹੁਣ ਆਟੋਮੈਟਿਕਲੀ 1 ਬਣ ਗਿਆ, ਯਾਨੀ ਸਾਡੀ ਇੱਕ ਪ੍ਰਮੋਸ਼ਨ ਜਿਹੜੀ ਹੈ ਐਡ ਹੋ ਚੁੱਕੀ ਹੈ ਆਪਣੇ ਇੱਥੇ।
ਅਤੇ ਸੈਕਿੰਡ ਪ੍ਰਮੋਸ਼ਨ ਐਡ ਕਰਨ ਲਈ ਅਸੀਂ ਇੱਥੇ ਪੈਨਸਲ ਦੇ ਨਿਸ਼ਾਨ 'ਤੇ ਕਲਿੱਕ ਕਰਕੇ ਅਗੇਨ ਉਹ ਕੁਸ਼ਚਨ ਨੂੰ ਨੋ ਕਰਕੇ ਕਰ ਸਕਦੇ ਹਾਂ, ਜਾਂ ਇੱਥੇ ਐਡ ਪ੍ਰਮੋਸ਼ਨ 'ਤੇ ਕਲਿੱਕ ਕਰਕੇ ਆਪਣੀ ਜਿਹੜੀ ਸੈਕਿੰਡ ਪ੍ਰਮੋਸ਼ਨ ਹੈ ਉਹ ਆਪਾਂ ਐਡ ਜਿਹੜੀ ਹੈ ਕਰ ਸਕਦੇ ਹੈਗੇ ਹਾਂ। ਸੋ ਦੋਸਤੋ, ਇਹ ਸੀਗਾ ਸਿੰਪਲ ਜਿਹਾ ਪਰਫੋਰਮਾ ਆਪਣੀ ਜਿਹੜੀ ਹੈ ਪ੍ਰਮੋਸ਼ਨ ਐਡ ਕਰਨ ਦਾ। ਸਾਨੂੰ ਉਮੀਦ ਹੈ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਹੋਏਗੀ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਅਤੇ ਜਿਹੜਾ ਬੈੱਲ ਦਾ ਆਈਕਨ ਹੈ ਉਹਨੂੰ ਕਲਿੱਕ ਕਰਨਾ ਨਾ ਭੁੱਲਣਾ। ਧੰਨਵਾਦ ਦੋਸਤੋ।